ਆਚਾਰ ਸੰਹਿਤਾ ਦੇ ਮੱਦੇਨਜ਼ਰ ਲਗਾਤਾਰ ਪੁਲਿਸ ਵੱਲੋਂ ਰੇਡਸ ਕੀਤੀ ਜਾ ਰਹੀ ਹੈ, ਛਾਪੇਮਾਰੀ ਕੀਤੀ ਜਾ ਰਹੀ ਹੈ, ਖਾਸ ਤੌਰ ਤੇ ਹੋਟਲਸ ਵਗੈਰਾ ਜਿਹੜੇ ਚੈੱਕ ਕੀਤੇ ਜਾ ਰਹੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਰਾਰਤੀ ਅਨਸਰ ਜਿਹੜਾ ਹੈ ਉਹ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਨਾ ਕਰ ਸਕੇ। ਕਿਸ਼ਨਗੜ੍ਹ ਏਰੀਆ ਦੇ ਵਿੱਚ ਇੱਕ ਹੋਟਲ ਦੇ ਵਿੱਚ ਇਨਫੋਰਮੇਸ਼ਨ ਸੀ, ਸੀਕ੍ਰੈਟ ਇਨਫੋਰਮੇਸ਼ਨ ਸੀ, ਜਿਸ ਤੋਂ ਬਾਅਦ ਪੁਲਿਸ ਦੀ ਰੇਡ ਕੀਤੀ ਗਈ ਹੈ। ਹਾਲਾਂਕਿ ਇੱਕ ਇਨਫੋਰਮੇਸ਼ਨ ਸੀ ਦੇਹ ਵਪਾਰ ਦਾ ਇੱਥੇ ਕੰਮ ਹੋ ਰਿਹਾ, ਜਿਸ ਕਰਕੇ ਪੁਲਿਸ ਨੇ ਜਦ ਰੇਡ ਕੀਤੀ ਹੈ ਤੇ ਦੋ ਲੋਕਾਂ ਨੂੰ ਇਹਦੇ ਵਿੱਚ ਕਾਬੂ ਕੀਤਾ ਗਿਆ ਤੇ ਇੱਕ ਜਿਹੜਾ ਮਾਲਿਕ ਹੈ ਉਹ ਫਰਾਰ ਦੱਸਿਆ ਜਾ ਰਿਹਾ। ਇੱਕ ਇਨਫੋਰਮੇਸ਼ਨ ਦੇ ਮੱਦੇਨਜ਼ਰ ਪੁਲਿਸ ਵੱਲੋਂ ਲਗਾਤਾਰ ਜਿਹੜੀ ਹੈ ਉਹ ਹਰ ਪੁਲਿਸ ਸਟੇਸ਼ਨ ਦੇ ਜਿਹੜੇ ਆਫੀਸਰਸ ਨੇ ਉਹਨਾਂ ਵੱਲੋਂ ਜਿੰਨੇ ਵੀ ਹੋਟਲਸ ਨੇ, ਸਰਾਏ ਨੇ, ਬੱਸ ਸਟੈਂਡ ਨੇ, ਰੇਲਵੇ ਸਟੇਸ਼ਨ ਹੈ, ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਿਮੀਨਲ ਐਕਟੀਵਿਟੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵਾਰਦਾਤ ਨਾ ਹੋ। ਇਸੇ ਮੱਦੇਨਜ਼ਰ ਇਸ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ, ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਕਿਉਂਕਿ ਇੱਕ ਇਨਫੋਰਮੇਸ਼ਨ ਸੀ। ਹਾਲਾਂਕਿ ਦੇਹ ਵਪਾਰ ਦਾ ਇੱਥੇ ਕੰਮ ਚੱਲ ਰਿਹਾ ਸੀਗਾ ਤੇ ਜੂਆ ਦਾ ਸੱਟੇ ਦਾ ਵੀ ਇਨਫੋਰਮੇਸ਼ਨ ਸੀ। ਹਾਲਾਂਕਿ ਪੁਲਿਸ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਇੱਥੇ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ, ਇੱਕ ਮੈਨੇਜਰ ਤੇ ਕੇਅਰ ਟੇਕਰ। ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਜੂਆ ਸੱਟਾ ਜਾਂ ਸ਼ਰਾਬ ਦੀ ਇੱਥੇ ਬੋਤਲਾਂ ਪਈਆਂ ਸੀ ਤੇ ਪੁਲਿਸ ਇੱਕ ਇੱਕ ਪੁਆਇੰਟ ਤੇ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਕੌਣ ਇਹ ਸਾਰੀ ਜਿਹੜੀ ਬੈਡ ਐਕਟੀਵਿਟੀ ਹੈ ਉਹਦੇ ਵਿੱਚ ਸ਼ਾਮਿਲ ਸੀ, ਜਿਸ ਕਰਕੇ ਪੁਲਿਸ ਨੇ ਦੋ ਲੋਕਾਂ ਨੂੰ ਇਮੋਰਲ ਟ੍ਰੈਫਿਕਿੰਗ ਦੇ ਚਲਦੇ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ, ਇੱਕ ਫਰਾਰ ਦੱਸਿਆ ਜਾ ਰਿਹਾ। ਹੁਣ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕੌਣ ਕੌਣ ਲੋਕ ਇਹਦੇ ਵਿੱਚ ਸ਼ਾਮਿਲ ਸੀ, ਕਿੰਨੇ ਦਿਨਾਂ ਤੋਂ ਇਹ ਸਾਰੀ ਐਕਟੀਵਿਟੀ ਚੱਲ ਰਹੀ ਸੀ, ਬੈਡ ਐਕਟੀਵਿਟੀ ਚੱਲ ਰਹੀ ਸੀ। ਇੱਕ ਇੱਕ ਪੁਆਇੰਟ, ਇੱਕ ਇੱਕ ਰੂਮ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ। ਹਾਲਾਂਕਿ ਜਿੰਨੇ ਵੀ ਏਰੀਆ ਨੇ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈ, ਆਈਟੀ ਪਾਰਕ ਪੁਲਿਸ ਵੱਲੋਂ ਪੂਰਾ ਇੱਕ ਅਭਿਆਨ ਦੇ ਤਹਿਤ ਜਿੰਨੇ ਵੀ ਹੋਟਲਸ ਨੇ, ਜਿੰਨੇ ਸਰਾਏ ਨੇ, ਜਿੰਨੇ ਇੰਟਰਨਲੀ ਹੋਟਲਸ ਬਣੇ ਹੋਏ ਨੇ, ਇੱਕ ਇੱਕ ਪੁਆਇੰਟ ਤੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕ੍ਰਿਮੀਨਲ ਐਕਟੀਵਿਟੀ, ਕੌਣ ਕੌਣ ਇਸ ਜਿਹੜੇ ਹੋਟਲ 'ਚ ਰਹਿ ਰਿਹਾ, ਪੂਰੀ ਉਹਨਾਂ ਦਾ ਡਾਟਾ, ਉਹਨਾਂ ਦਾ ਆਧਾਰ ਕਾਰਡ, ਉਹਨਾਂ ਦਾ ਸਾਰੀ ਜਿਹੜੀ ਆਈਡੈਂਟੀ ਹੈ ਉਹ ਦਿੱਤੀ ਜਾ ਰਹੀ ਹੈ। ਇੱਥੇ ਦੀ ਇਨਫੋਰਮੇਸ਼ਨ ਸੀ ਪੁਲਿਸ ਨੂੰ, ਸੀਕ੍ਰੈਟ ਇਨਫੋਰਮੇਸ਼ਨ ਸੀ, ਜਿਹਦੇ ਆਧਾਰ ਤੇ ਪੁਲਿਸ ਨੇ ਇੱਥੇ ਛਾਪੇਮਾਰੀ ਕੀਤੀ ਤੇ ਪੁਲਿਸ ਨੇ ਦੋ ਲੋਕਾਂ ਨੂੰ ਇਹਦੇ ਵਿੱਚ ਕਾਬੂ ਕੀਤਾ ਗਿਆ। ਔਰ ਉਸ ਤੋਂ ਬਾਅਦ ਜਿਹੜੇ ਕੋਈ ਜੂਆ ਸੱਟਾ ਜਾਂ ਕਿਸੇ ਤਰ੍ਹਾਂ ਦੀ ਕੋਈ ਇਲੀਗਲ ਐਕਟੀਵਿਟੀ ਨੇ, ਇਹ ਵੀ ਸਾਰੀ ਚੈਕਿੰਗ ਕੀਤੀ ਜਾ ਰਹੀ ਔਰ ਪੂਰੇ ਹੋਟਲ ਜਿੰਨੇ ਵੀ ਇੱਥੇ ਹੋਟਲਸ ਨੇ ਸਾਰਿਆਂ ਦੀ ਹੁਣ ਚੈਕਿੰਗ ਕਰਕੇ ਪੁਲਿਸ ਮਾਮਲਾ ਦਰਜ ਜਿਹੜੀ ਹੈ ਉਹ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਜਿੰਨੇ ਵੀ ਇਸ ਪੂਰੇ ਹੋਟਲ ਦੀ ਇੱਕ ਇਨਫੋਰਮੇਸ਼ਨ ਸੀ, ਸੀਕ੍ਰੈਟ ਇਨਫੋਰਮੇਸ਼ਨ ਸੀ ਕਿ ਇੱਥੇ ਬੈਡ ਐਕਟੀਵਿਟੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਬੇਸਮੈਂਟ ਹੋ, ਫਸਟ ਫਲੋਰ, ਸੈਕਿੰਡ ਫਲੋਰ, ਸਾਰੇ ਥਾਂ ਤੇ, ਔਰ ਜੂਆ ਸੱਟੇਬਾਜ਼ੀ ਦਾ ਵੀ ਇੱਥੇ ਚੱਲ ਰਿਹਾ, ਜਿਹਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਮਾਮਲਾ ਦਰਜ ਕੀਤਾ ਜਾ ਚੁੱਕਿਆ, ਜਿਨ੍ਹਾਂ ਜਿਹੜੇ ਵੀ ਇੱਥੇ ਦੇ ਮਾਲਿਕ ਨੇ, ਓਨਰ ਨੇ, ਉਹ ਫਰਾਰ ਦੱਸੇ ਜਾ ਰਹੇ ਨੇ, ਲੇਕਿਨ ਕੇਅਰ ਟੇਕਰ ਤੇ ਮੈਨੇਜਰ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਦੇ ਸੀਨੀਅਰ ਆਫੀਸਰ ਵੀ ਮੌਕੇ ਤੇ ਪਹੁੰਚੇ ਸੀ ਔਰ ਕਈ ਚੀਜ਼ਾਂ ਦਾ ਖੁਲਾਸਾ ਜਿਹੜਾ ਹੁਣ ਆਉਣ ਵਾਲੇ ਦਿਨਾਂ 'ਚ ਪੁਲਿਸ ਕਰੂਗੀ, ਕਿਉਂਕਿ ਆਚਾਰ ਸੰਹਿਤਾ ਲੱਗੀ ਹੋਈ ਹੈ ਔਰ ਜਿਹਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਕੋਈ ਬੈਡ ਐਕਟੀਵਿਟੀ ਹੁੰਦੀ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਲਤ ਕੰਮ ਹੁੰਦਾ ਉਹਨੂੰ ਲੈ ਕੇ ਲਗਾਤਾਰ ਪੁਲਿਸ ਐਕਸ਼ਨ 'ਚ ਦਿਖਾਈ ਦੇ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।